ਕਾਸ਼ਵਾਨੀ ਜੰਮੂ ਹੈ ਉਨ ਤੋਂ ਸ਼ੁਗਫਤਾ ਚੌਧਰੀ ਕੋਲਾਂ ਖਬਰਾਂ ਸੁਨੋ ਕਿਸ਼ਤਵਾਰ ਦੇ ਕੇਸ਼ਵਨ ਇਲਾਕੇ ਚ ਅੱਜ ਬੜਲੇ ਇੱਕ ਜਨਜਾਤੀ ਖਾਨਾਬਦੋਸ਼ ਪਰਿਵਾਰ ਦੇ ਚਾਰ ਸਦਸਿਆਂ ਦੀ ਉਸਲੇ ਮੌਤ ਹੋ ਗਈ ਜਿਸਲੇ ਇੱਕ ਵੱਡਾ ਦਰਖਤ ਉੰਦੇ ਤੰਬੂ ਪਰ ਝਾਈ ਡਿੱਗਾ ਮਰੋਣੇ ਵਾਲੇ ਚ ਤਰੇ ਮਹੀਨਾ ਸ਼ਾਮਲ ਨਾ ਕੱਲ ਉਹਦੀ ਪਾਰੀ ਬਰਖਾ ਤੇ ਤੇਜ਼ ਹੰਦੀ ਚੱਕਰ ਕਰੀ ਚੀੜ ਦਾ ਇੱਕ ਵੱਡਾ ਦਰਖਤ ਇਸ ਪਰਿਵਾਰ ਦੇ ਤੰਬੂ ਪਰ ਝਾਈ ਪਿਆ ਆਸਾ ਰਿਪੋਰਟ ਮੂਜੇ ਇੱਕ ਖਾਨਾਬਦੋਸ਼ ਬੱਕਰਵਾਲ ਪਰਿਵਾਰ ਮੌਸਮੀ ਪ੍ਰਵਾਸਤਾ ਆਪਣੇ ਮਾਲ ਮੋਵੇਸ਼ੀ ਕਰਨ ਨੇ ਡਚਨ ਵਾਲੇ ਬਖੇ ਜਾ ਕਰਦਾ ਹ ਤੇ ਪਾਰੀ ਬਰਖਾ ਕਰੀ ਉਹਨੇ ਕੀ ਪਲਨਾ ਦੇ ਜੰਗਲ ਚ ਆਪਣਾ ਤੰਬੂ ਲਾਈਏ ਰੁਕਣਾ ਪਈ ਗਿਆ ਕਿਸ਼ਤਵਾਰ ਦੇ ਡਿਪਟੀ ਕਮਿਸ਼ਨਰ ਡਾਕਟਰ ਦੇਵਾਂਸ਼ ਯਾਦਵ ਹੋਰੇ ਆਕਾਸ਼ਵਾਨੀ ਜੰਮੂ ਕੀ ਦੱਸਿਆ ਜਿ ਪੁਲਿਸ ਦੇ ਜਵਾਨ ਤੁਰਤ ਆਹਸੀਆਲੀ ਥਾਰ ਪੁੱਜੀ ਗਏ ਤੇ ਉਹਨੇ ਬਚਾਅ ਅਭਿਆਨ ਰੰਭ ਕਰੀ ਦਿੱਤਾ ਉਹਨੇ ਗਲਾਇਆ ਜੇ ਪੀੜਿਤ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਗਈ ਕਟੂਆ ਦੇ ਜ਼ਿਲ੍ਹੇ ਲਖਨਪੁਰ ਇਲਾਕੇ ਕਸ਼ ਅਜਬੜਲੇ ਇੱਕ ਬਸ ਤੇ ਟਰੱਕ ਦੀ ਟੱਕਰ ਹੋਣੇ ਕਰੀ 11 ਸਵਾਰੀਆਂ ਜ਼ਖਮੀ ਹੋਈ ਗਈਆਂ ਨਾ ਆਚੇ ਦੇ ਟੁੱਟ ਮੜਗਰਾ ਕਾਇਲਿੰਗੀ ਇਲਾਜ ਆਸਤੇ ਜੀ ਐਮ ਸੀ ਕਟੂਆ ਪਹੁੰਚਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਤ੍ਰਉ ਮੁਲਕੇ ਜਪਾਨ ਪਾਪੂਆ ਨਿਊ ਗਿਨੀ ਤੇ ਆਸਟ੍ਰੇਲੀਆ ਦੀ ਕਾਮਯਾਬ ਯਾਤਰਾ ਪਰੰਤ ਸਵਦੇਸ਼ ਪਰਤੋਇ ਆਏ ਨਾ ਭਾਜਪਾ ਦੇ ਰਾਸ਼ਟਰੀ ਅਧਿਐਖ ਜੇਪੀ ਨੱਡਾ ਕੇਂਦਰੀ ਮੰਤਰੀ ਡਾਕਟਰ ਐਸ ਜੈ ਸ਼ੰਕਰ ਤੇ ਮਿਨਾਕਸ਼ੀ ਲੇਖੀ ਹੁੰਦੇ ਅਲਾਵਾ ਸੰਸਦ ਸਦਸੇ ਵਿਧਾਇਕੀ ਪਾਰਟੀ ਦੇ ਸੈਂਕੜੇ ਉਧੇਦਾਰੇ ਕਾਰਕਟਰਤਾ ਹੈ ਤੇ ਆਮ ਲੋਕਾਂ ਨੇ ਵੀ ਦਿੱਲੀ ਦੇ ਪਾਲਮਬਾਈ ਅੱਡੇ ਪਰ ਮੋਦੀ ਹੁੰਦਾ ਸਵਾਗਤ ਕੀਤਾ ਮੋਦੀ ਹੋਰੇ ਲੋਕੇ ਕੀ ਸੰਬੋਧਿਤ ਕਰਦੇ ਹੋਏ ਆਖਿਆ ਜਿਸ ਲਈ ਉਹ ਮੁਲਕ ਦੀ ਸੰਸਕ੍ਰਿਤੀ ਦੇ ਬਾਰੇ ਚ ਗੱਲ ਕਰਦੇ ਨਾ ਤਾਂ ਉਹ ਦੁਨੀਆ ਦੀ ਅੱਖੀਂ ਚ ਦਿਖਦੇ ਨਾ ਉਨੇ ਆਖਿਆ ਜੇ ਇਹ ਵਿਸ਼ਵਾਸ ਇਸ ਕਰੀਏ ਆਇਆ ਕਿ ਜੇ ਭਾਰਤ ਦੇ ਲੋਕਾਂ ਦੇਸ਼ੇ ਚ ਪੂਰੇ ਬਹੁਮਤ ਵਾਲੀ ਸਰਕਾਰ ਬਣਾਈ ਹੈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਜਿਹੜੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਆਏ ਦੇ ਨਾ ਉਹ ਪ੍ਰਧਾਨ ਮੰਤਰੀ ਉਹਨੇ ਕੰਨੇ ਨਹੀਂ ਸਕੂਆ ਭਾਰਤ ਕੰਨੇ ਪਿਆਰ ਕਰਨ ਵਾਲੇ ਲੋਕ ਨਾ ਉਹਨੇ ਆਖਿਆ ਜੇ ਯਾਤਰਾ ਦੇ ਦੌਰਾਨ ਉਹਨੇ ਜਿਹੜਾ ਵੀ ਸਮੇਂ ਮਿਲਿਆ ਉਹਨੇ ਉਹਦਾ ਇਸਤੇਮਾਲ ਰਾਸ਼ਟਰੀ ਭਲਾਈ ਤੇ ਰਾਸ਼ਟ ਲਈ ਸਟੇਜਟ ਫੈਸਲੇ ਲੈਣੇ ਲਈ ਕੀਤਾ ਮੋਦੀ ਹੋਰਿਆ ਆਖਿਆ ਜਿਉ ਉਹ ਜਿੰਨੇ ਵੀ ਨੇਤਾਇਕ ਨੇ ਮਿਲੇ ਤੇ ਜਿਨੇ ਲੋਕ ਕੇ ਕਨੇ ਗਲਪਾਤ ਕੀਤੀ ਉਹ ਮੰਤਰਮੁਗਧ ਹੋਏ ਰਹੇ ਤੇ ਉਹਨੇ ਭਾਰਤ ਦੀ ਅਧਿਐਕਸ਼ਤਾ ਚ ਜੀ20 ਦੇ ਮਤਵ ਦੀ ਸਰਾਹਨਾ ਕੀਤੀ ਜਿਹੜੀ ਸਭਨੇ ਭਾਰਤੀ ਲਈ ਬੜੇ ਘਰਵ ਦੀ ਗੱਲ ਹੈ ਮੋਦੀ ਹੋਰਿਆ ਆਖਿਆ ਜੇ ਅਸ ਆਪਣੇ ਦੁਸ਼ਮਣੇ ਦੀ ਵੀ ਪਰਵਾਹ ਕਰਨਿਆ ਅਸ ਦਿਆ ਕਨੇ ਪਰੋਚੇ ਦੇ ਲੋਕ ਆ ਤੇ ਅਸ ਇਸੇ ਚਾਲੀ ਅੱਗੇ ਵਧਨੇ ਆ ਇੱਕ ਮਤਵਪੂਰਨ ਗੱਲ ਦਿੱਤਾ ਜੰਮੂ ਕਸ਼ਮੀਰ ਦੀ ਸਰਕਾਰੇ 1900 ਪੰਡ ਤੇ 1971 ਦੇ ਪੀਓ ਜੇਕੇ ਰਿਫਿਊਜੀ ਤੇ ਸ਼ੰਭ ਦੇ ਰਿਫਿਊਜੀ ਲਈ ਕੇਂਦਰੀ ਸਹਾਇਤਾ ਵਾਲੀ ਯੋਜਨਾ ਦੀ ਮਿਆਦ ਕੀ 31 ਮਾਰਚ 2024 ਤੱਕ ਵਧਾਈ ਦਿੱਤਾ ਹੈ ਆਪਤਾ ਪ੍ਰਬੰਧਨ ਰਾਹਤ ਆਬਾਦਕਾਰੀ ਤੇ ਪੁਨਰ ਨਿਮਾਨ ਮਹਿਕਮੇ ਨੇ ਵਿਸਥਾਪਿਤ ਪੀਓ ਜੇਕੇ ਰਿਫਿਊਜੀ ਤੇ ਸ਼ੰਭ ਦੇ ਰਿਫਿਊਜੀ ਲਈ ਕੇਂਦਰੀ ਸਹਾਇਤਾ ਵਾਲੀ ਯੋਜਨਾ ਦੀ ਮਿਆਦ ਕੀ 31 ਮਾਰਚ 2024 ਤੱਕ ਵਧਾਈ ਦਿੱਤੀ ਹੈ ਜਿਹੜੀ ਪਹਿਲੇ 31 ਮਾਰਚ 2022 ਤੱਕ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ 7 ਨਵੰਬਰ 2015 ਕੀ ਸ਼੍ਰੀਨਗਰ ਚ ਕੋਸ਼ਿਦ ਕੀਤੇ ਗਏ ਦੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦੇ ਤਾਅਤ ਇਸ ਯੋਜਨਾ ਲਈ 2000 ਕਰੋੜ ਰੁਪਏ ਰੱਖੇ ਗਏ ਹਨ 우ਆ ਸਰਕਾਰ ਨੇ ਆਖਿਆ ਜੇ ਇਸ ਯੋਜਨਾ ਦੀ ਮਿਆਦ ਕੀ 31 ਮਾਰਚ 2024 ਥਾਵਾ ਔਰ ਅਗੇ ਨਹੀਂ ਵਧਾਇਆ ਜਾਗ ਅਮਰੀਕਾ ਨੇ ਆਖਿਆ ਜੇ ਭਾਰਤ ਦੇ ਕੰਨੇ ਉਹਦੀ ਸਾਂਝੇਦਾਰੀ ਬੜੇ ਮੱਤੇ ਮਤੋਂ ਪੂਨ ਸਰਮੰਦੇਚ ਇਕ ਹੈ ਅਮਰੀਕਾ ਭਾਰਤ ਦੇ ਕੰਨੇ ਲਈ ਮੱਤਪੂਨ ਪ੍ਰਾਥਮਿਕਤਾ 'ਤੇ ਬੜੇ ਨੇੜ ਮੇ ਤਰੀਕੇ ਕੰਨੇ ਕੰਮ ਕਰਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਪ੍ਰਵਕਤਾ ਮੈਥਿਊ ਮਿਲਰ ਹੋਰਾਂ ਨੇ ਆਖਿਆ ਜੇ ਵੀਜ਼ਾ ਦਾ ਮੁੱਦਾ ਉਨਦੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ ਚਾ ਸ਼ਾਮਲ ਹੈ। ਉਹਦੇ ਦੂਤਤਵਤਾਵਾਂ ਦੀ ਟੀਮ ਦਪੱਖੀ ਸਬੰਧ ਦੇ ਲਈ ਮੱਤਪੂਰਨ ਵੀਜ਼ਾ ਸ਼੍ਰੇਣੀਆਂ ਸਨੇ ਪਾਰਾਚ ਮਤੇ ਕੋਲਾ ਮਤੇ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਕੀ ਅੱਗੇ ਵਧਾਉਂਦੀ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦੀ ਉੰਦੀ ਪਾਈ ਜੂਨਗੀ ਆਉਣ ਵਾਲੀ ਅਮਰੀਕਾ ਯਾਤਰਾ ਪਰ ਵਾਈਟ ਹਾਊਸ ਦੀ ਪ੍ਰੈਸ ਸਚਿਵ ਕੈਰਨ ਜ਼ੀਨ ਪੇਰ ਨੇ ਆਖਿਆ ਜੇ ਉੰਦੀ ਯਾਤਰਾ ਇੱਕ ਸੁਤੰਤਰ, ਮੁਕਤ, ਸਮ੍ਰਿੱਧ ਤੇ ਸੁਰੱਖਿਤ ਇੰਦ ਪਰਸ਼ਾਂਤ ਲਈ ਅਮਰੀਕਾ ਤੇ ਭਾਰਤ ਦੀ ਸਾਂਝੀ ਵਚਨਬੱਧਤਾ ਕੀ ਸਸ਼ਕਤ ਬਣਾਗ। ਉਹਨੇ ਆਖਿਆ ਜੇ ਮੋਦੀ ਉੰਦੀ ਇਸ ਯਾਤਰਾ ਕਨੇ ਰੱਖਸ਼ਾ, ਸਵੱਛ ਊਰਜਾ ਤੇ ਅੰਤਰਿਕਸ਼ ਸਨੇ ਕਾਰਜਨੀਤਿਕ, ਪ੍ਰੋਧਯੋਗਿਕ ਸਾਂਝੇਦਾਰੀ ਲਈ ਸਾਂਝੇ ਤਈਏਗੀ ਵੀ ਬਲ ਮਿਲੋਗੇ। ਇਹਦੇ ਕਨੇ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ।